ਕਿਉਂਕਿ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਨੂੰ 21 ਜੂਨ 2023 ਨੂੰ ਸਬੰਧ ਕੀਤਾ ਗਿਆ। ਇਹ ਲੋਕਾਂ ਨਾਲ ਦੁਰਵਿਹਾਰ ਕਰਦਾ ਸੀ ਅਤੇ ਕਣਕ ਵੰਡੀ ਹੈ। ਸ਼ਿਕਾਇਤਾਂ ਮੇਰੀਆਂ ਕਰਦੇ ਇਹ 2024 'ਚ ਆ ਕੇ, ਜਦੋਂ 2022 'ਚ ਮੈਂ ਕਣਕ ਵੰਡੀ ਹੈ ਉਦੋਂ ਮੇਰੀਆਂ ਸ਼ਿਕਾਇਤਾਂ ਇਹਨਾਂ ਨੇ ਕਿਉਂ ਨਹੀਂ ਕਰੀਆਂ? ਜੇ ਮੈਂ ਉਲਟਾ ਡੀਪੂ ਹੋਲਡਰ ਦੀ ਮਿਲੀ ਭੁਗਤ ਨਾਲ ਸੁਣ 'ਚ ਆਇਆ 5-4 ਦਿਨ ਹਰਦਮ ਸਿੰਘ ਡੀਪੂ ਹੋਲਡਰ ਨੂੰ ਬਹਾਲ ਕਰ ਦਿੱਤਾ ਗਿਆ। ਮੈਡਮ ਹੈ DFSC ਸਾਹਿਬ ਬਠਿੰਡੇ, ਉਹਨਾਂ ਨੇ ਮੇਰਾ ਡੀਪੂ ਸਾਰੀ ਇਨਕੁਆਇਰੀ ਕਰਨ ਤੋਂ ਬਾਅਦ ਬਹਾਲ ਕਰਤਾ ਜੀ। ਇਸ ਲਈ ਆਰਡਰ ਮੇਰੇ ਕੋਲ ਹੈ ਜੀ, ਮੈਂ ਇਹਨਾਂ 'ਤੇ ਦਰਖਾਸਤਾਂ ਦਿੱਤੀਆਂ ਜੀ। ਉਹਦੀ ਦਬਾਉਣ ਦੀ ਖਾਤਰ ਇਹ ਮੈਨੂੰ ਲੋਕਾਂ ਨੂੰ ਗੁੰਮਰਾਹ ਕਰਕੇ, ਝੂਠਾ ਕੰਮ ਕਰਕੇ ਸਾਰਾ ਕੰਮ ਇਹ ਕਰਵਾ ਰਹੇ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮੇਰੇ 'ਤੇ, ਅਤੇ ਮੈਂ ਓਬਜੈਕਸ਼ਨ ਲਾ ਦਿੰਦਾ ਜੀ, ਇਹ ਦਰਖਾਸਤਾਂ ਆਪਣੀਆਂ ਪੁੱਠੀਆਂ ਲੈ ਰਹੇ। ਦਰਖਾਸਤਾਂ ਮੈਂ ਪੁੱਠੀਆਂ ਲੈਂਦਾ ਨਹੀਂ ਜੀ ਚਾਹੇ ਕੁਛ। ਪਿੰਡ ਚੱਕ ਅਤਰ ਸਿੰਘ ਵਾਲਾ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਡੀਪੂ ਹੋਲਡਰ ਦੀ ਸ਼ਿਕਾਇਤ 'ਤੇ ਪੜਤਾਲ ਕਰਨ ਲਈ ਅੱਜ DFSO ਮਾਨਸਾ ਪਹੁੰਚੇ ਪਿੰਡ ਚੱਕ ਅਤਰ ਸਿੰਘ ਵਾਲਾ। ਬਿਆਨ ਕੀਤੇ ਕਲਮਬੰਦ ਡੀਪੂ ਹੋਲਡਰ ਨੇ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੇਰਾ ਅਕਸ਼ ਖਰਾਬ ਕਰਨ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ। ਦੱਸ ਦਈਏ ਕਿ ਬਠਿੰਡਾ ਬਾਦਲ ਰੋਡ 'ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਡੀਪੂ ਹੋਲਡਰ 'ਤੇ ਪਿੰਡ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਕਰਨ ਲਈ ਅੱਜ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ DFSO ਮਾਨਸਾ ਪਹੁੰਚੇ। ਇਸ ਮੌਕੇ DFSO ਨੇ ਕਿਹਾ ਹੈ ਕਿ ਜੋ ਇਹ ਸ਼ਿਕਾਇਤ ਉੱਚ ਅਫਸਰਾਂ ਵੱਲੋਂ ਉਹਨਾਂ ਨੂੰ ਭੇਜੀ ਗਈ ਹੈ ਉਸ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਇਸ ਮੌਕੇ ਪੜਤਾਲ ਕਰਨ ਵਾਲੇ ਅਧਿਕਾਰੀ ਨੇ ਕੀ ਕਿਹਾ ਹੈ ਇਸ ਮਾਮਲੇ ਬਾਰੇ ਤੁਹਾਨੂੰ ਸੁਣਾਉਂਦੇ ਹਾਂ, ਅਤੇ ਮਹਿਲਾ ਸਰਪੰਚ ਦੇ ਪਤੀ ਨੇ ਕੀ ਕਿਹਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਇਸ ਮਾਮਲੇ ਬਾਰੇ ਜਦੋਂ ਡੀਪੂ ਹੋਲਡਰ ਦਾ ਪੱਖ ਲੈਣਾ ਚਾਹਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਜੋ ਉਸ ਉੱਪਰ ਇਹ ਦੋਸ਼ ਲਗਾਏ ਗਏ ਹਨ ਇਹਨਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਸੱਚਾਈ ਨਹੀਂ ਹੈ, ਅਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਦੇ ਹੋਏ ਕੀ ਕਿਹਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਸ਼ਿਕਾਇਤ ਹੈ ਕਿ ਡੀਪੂ ਹੋਲਡਰ ਹਰਦਮ ਸਿੰਘ ਦੀ ਪਿੰਡ ਦੇ ਲੋਕਾਂ ਵੱਲੋਂ ਕੀਤੀ ਹੈ, ਕ੍ਰਿਸ਼ਨ ਲਾਲ ਸਾਹਿਬ ਰਾਮ ਸਕੂਲ ਵੱਲੋਂ ਨਾਲ ਦੇ ਮਨਜੀਤ ਕੌਰ ਨੇ ਉਹਨਾਂ ਦੀ ਪਤਨੀ ਸਾਹਿਬ ਦਾ ਸਰਪੰਚ। ਕੰਪਲੇਂਟ ਦੀ ਇਨਕੁਆਇਰੀ ਮੈਨੂੰ ਮਾਰ ਕੇ ਦਿੱਤੀ ਹੈ ਡਿਪਟੀ ਐਡੀ ਵੱਲੋਂ, ਇਨਕੁਆਇਰੀ ਲਈ ਮੈਂ ਜਿੱਥੇ ਆਇਆ। ਕਿਸ ਤਰ੍ਹਾਂ ਇਨਕੁਆਇਰੀ ਕਰ ਰਹੇ ਹੋ ਜੀ? ਇਨਕੁਆਇਰੀ ਖਪਤਕਾਰਾਂ ਦੇ ਬਿਆਨ ਲੈ ਰਹੇ ਹਾਂ, ਜਿਹੜੇ ਪਿੰਡ ਦੇ ਖਪਤਕਾਰ ਨੇ ਕੰਪਲੇਂਟ ਐਡ ਦੇ ਬਿਆਨ ਲੈ ਰਹੇ ਹਾਂ, ਡੀਪੂ ਹੋਲਡਰ ਦਾ ਪੱਖ ਸੁਣਿਆ ਜਾਊਗਾ, ਸਾਰਿਆਂ ਦੇ ਪੱਖ ਸੁਣ ਕੇ ਉਹਨਾਂ ਦੇ ਬਿਆਨ ਕਰਨ ਬੰਦ ਕਰ ਰਹੇ ਹਾਂ। ਪੂਰਾ ਮਾਮਲਾ ਕੀ ਹੈ ਜੀ? ਮਾਮਲਾ ਜ਼ਿਆਦਾਤਰ ਲੋਕਾਂ ਦੇ ਦੁਰਵਿਵਹਾਰ ਅਤੇ ਕਣਕ ਘੱਟ ਵੰਡਣ ਪ੍ਰਤੀ ਸ਼ਿਕਾਇਤ ਹੈ। ਉਸ ਕਹਿੰਦੇ ਵੀ ਸਾਡੀ ਸੁਣਵਾਈ ਨਹੀਂ ਹੋਈ ਜ਼ਿਲ੍ਹਾ ਕਟਰੋਲਾ ਵੱਲੋਂ, ਉਹ ਇਹਨਾਂ ਨੇ ਕੰਪਲੇਂਟ ਕੀਤੀ। ਤੁਸੀਂ ਕਿਹਦੇ ਹੁਕਮ ਦੇ ਪਾਲਣਾ ਕਰ ਰਹੇ ਜੀ? ਅਤੇ ਮੈਨੂੰ ਡਿਪਟੀ ਐਡੀਟਰ ਫੀਲਡ ਨੇ ਸਾਡੇ ਫੂਡ ਐਂਡ ਸਪਲਾਈ ਦੇ ਫਰੀਦਕੋਟ ਬੈਠਦੇ ਨੇ, ਉਹਨਾਂ ਵੱਲੋਂ ਇਨਕੁਆਇਰੀ ਮਾਰ। ਮੈਂ ਕ੍ਰਿਸ਼ਨ ਲਾਲ, ਪਿੰਡ ਚੱਕਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ। ਮੇਰੀ ਪਤਨੀ ਮਨਜੀਤ ਕੌਰ ਜੋ ਕਿ ਮੌਜੂਦਾ ਸਰਪੰਚ ਹੈ। ਮੈਂ ਸਾਡੇ ਇਸ ਚੱਕਤਰ ਸਿੰਘ ਵਾਲਾ ਦਾ ਡੀਪੂ 1 ਸਾਲ ਤੋਂ ਸਸਪੈਂਡ ਸੀ, ਕਿਉਂਕਿ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਨੂੰ 21 ਜੂਨ 2023 ਨੂੰ ਸਸਪੈਂਡ ਕੀਤਾ ਗਿਆ। ਇਹ ਲੋਕਾਂ ਨਾਲ ਦੁਰਵਿਹਾਰ ਕਰਦਾ ਸੀ ਅਤੇ ਜਾਤੀ ਸੂਚਕ ਅੰਕ ਬੋਲਦਾ ਸੀ। ਉਸ ਤੋਂ ਬਾਅਦ ਅਸੀਂ ਜਨਵਰੀ ਮਹੀਨੇ 'ਚ ਡਾਇਰੈਕਟਰ ਨੂੰ ਫਰਿਆਦ ਕੀਤੀ ਕਿ ਇਸ ਦਾ ਲਾਇਸੈਂਸ ਰੱਦ ਕੀਤਾ ਜਾਵੇ। ਡਾਇਰੈਕਟਰ ਚੰਡੀਗੜ੍ਹ ਸਾਹਿਬ ਨੇ SFO ਤਰਲੋਕ ਸਿੰਘ ਭਾਈ ਭਗਤਾ ਦੀ ਡਿਊਟੀ ਲਾਈ ਇਨਕੁਆਇਰੀ ਕਰਨ ਲਈ। ਉਹਨਾਂ ਨੇ ਇਨਕੁਆਇਰੀ ਕਰਕੇ ਰਿਪੋਰਟ ਤਿਆਰ ਕੀਤੀ ਕਿ ਇਸ ਦਾ ਲਾਇਸੈਂਸ ਰੱਦ ਕੀਤਾ ਜਾਵੇ। ਅਗਰ ਮਹਿਕਮੇ ਨੇ ਉਲਟਾ ਡੀਪੂ ਹੋਲਡਰ ਦੀ ਮਿਲੀ ਭੁਗਤ ਨਾਲ ਸੁਣ 'ਚ ਆਇਆ 5-4 ਦਿਨ ਹਰਦਮ ਸਿੰਘ ਡੀਪੂ ਹੋਲਡਰ ਨੂੰ ਬਹਾਲ ਕਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਰ ਸਾਹਿਬ ਚੰਡੀਗੜ੍ਹ ਨੂੰ ਮਿਲੇ ਅਤੇ ਉਹਨਾਂ ਅੱਗੇ ਫਰਿਆਦ ਲਾਈ ਵੀ ਸਾਰਾ
ਪਿੰਡ ਸਾਰੇ ਕਾਰਡ ਧਾਰਕ ਵੀ ਇਸ ਡਿਪੂ ਹੋਡ ਤੋਂ ਦੁਖੀ ਹਨ ਇਸ ਦੇ ਵਿਹਾਰ ਤੋਂ। ਅਤੇ ਉਹਨਾਂ ਨੇ ਹੁਣ ਡੀ ਐੱਫ ਓ ਇਸ ਮਾਨਸਾ ਦੀ ਡਿਊਟੀ ਲਗਾ ਦਿੱਤੀ, ਜੋ ਕਿ ਅੱਜ ਇਨਕੁਆਇਰੀ ਹੋਈ ਉਸ ਦੇ ਵਿੱਚ ਲਗਭਗ 90% ਲੋਕਾਂ ਨੇ ਉਸ ਦੇ 90% ਕਾਰਡ ਧਾਰਕਾਂ ਨੇ ਡਿਪੂ ਹੋਡ ਦੇ ਵਿਰੁੱਧ ਬਿਆਨ ਦਿੱਤੇ ਅਤੇ ਨਾਅਰੇਬਾਜ਼ੀ ਕੀਤੀ ਉਸ ਦੇ ਉਲਟ ਵੀ, ਇਹ ਡਿਪੂ ਹੋਲਡਰ ਸਾਨੂੰ ਨਹੀਂ ਚਾਹੀਦਾ, ਸਾਨੂੰ ਜਾਤੀ ਸੂਚਕ ਅੰਕ ਬੋਲਦਾ ਹੈ ਅਤੇ ਮਿਸਬਿਹੇਵ ਕਰਦਾ ਹੈ, ਗਲਤ ਵਿਹਾਰ ਕਰਦਾ ਹੈ ਸਾਡੇ ਨਾਲ। ਅਦਰਵਾਈਜ਼ ਤੁਹਾਡੀ ਹੁਣ ਵੀ ਨਹੀਂ ਸੁਣਵਾਈ ਹੋਈ, ਇੱਦਾਂ ਕੀ ਕਰਨਾ ਚਾਹੋਗੇ? ਇਸ ਤੋਂ ਬਾਅਦ ਸਰ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਜੇ ਸਾਡੀ ਨਾ ਸੁਣਵਾਈ ਹੋਈ ਤਾਂ। ਹੁਣ ਇਸ ਤੋਂ ਬਾਅਦ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਹਰਦਮ ਸਿੰਘ ਡਿਪੂ ਹੋਲਡਰ ਚਾਕਾ ਤਾਂ ਸਿੰਘ ਵਾਲਾ ਜੀ, ਜਿਹੜਾ ਕਿ 1982 ਤੋਂ ਲੱਗ ਕੇ ਮੈਂ ਡਿਪੂ ਚਲਾ ਰਿਹਾ ਜੀ। ਮੇਰੀ ਜਿਹੜੀ ਉਮਰ ਆ ਉਹ 70 ਸਾਲ ਦੀ ਹੈਗੀ। ਇਸ ਤੋਂ ਪਹਿਲਾਂ ਮੇਰੇ 'ਤੇ ਕੋਈ ਸ਼ਿਕਾਇਤ ਨਹੀਂ। ਇਹਨਾਂ ਦਾ ਮਤਲਬ ਕੀ ਹੈਗਾ ਜੀ, ਜਦੋਂ ਮਹਿਕਮੇ ਨੂੰ ਮੈਂ 2022 'ਚ ਕਣਕ ਵੰਡੀ ਹੈ, ਸ਼ਿਕਾਇਤਾਂ ਮੇਰੀਆਂ ਕਰਦੇ ਇਹ 2024 'ਚ ਆ ਕੇ ਜੀ। ਜਦੋਂ 2022 'ਚ ਮੈਂ ਕਣਕ ਵੰਡੀ ਹੈ ਉਦੋਂ ਮੇਰੀਆਂ ਸ਼ਿਕਾਇਤਾਂ ਇਹਨਾਂ ਨੇ ਕਿਉਂ ਨਹੀਂ ਕਰੀਆਂ? ਜੇ ਮੈਂ ਕਿਸੇ ਨੂੰ ਘੱਟ ਤੋੜੀ ਸੀ ਜਾਂ ਗਲਤ ਬੋਲਿਆ ਸੀ, 2022 'ਚ ਮੇਰੇ 'ਤੇ ਸ਼ਿਕਾਇਤ ਕਿਉਂ ਨਹੀਂ ਕਰੀ? ਸਿਰਫ ਇਹ ਇਸ ਕਰਕੇ ਦਵਾ ਰਹੇ ਆ ਜੀ, ਇਹ ਮਨਜੀਤ ਕੌਰ ਹੈ ਸਰਪੰਚ, ਉਹਦੇ ਘਰ ਵਾਲਾ ਕ੍ਰਿਸ਼ਨ ਕੁਮਾਰ, ਇਹਨਾਂ ਨੇ ਜੀ ਕਾਂਗਰਸ ਸਰਕਾਰ ਵਾਲੀ ਗਰੰਟਾਂ ਆਈਆਂ ਸੀ ਉਹਦੀ ਮੈਂ ਜੀ ਮਹਿਕਮੇ ਤੋਂ RTI ਪਾ ਕੇ ਜਾਣਕਾਰੀ ਮੰਗੀ। ਮਹਿਕਮੇ ਨੇ ਮੈਨੂੰ ਜਾਣਕਾਰੀ ਦੇ ਦਿੱਤੀ ਜੀ। ਜਾਣਕਾਰੀ 'ਚ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਘਪਲੇਬਾਜ਼ੀ ਕਰੀ ਹੈ, ਠੀਕ ਹੈ ਕਿ ਨਹੀਂ ਜੀ? ਜਦੋਂ ਮੈਨੂੰ ਪਤਾ ਲੱਗਿਆ ਘਪਲੇਬਾਜ਼ੀ ਕਰੀ ਹੈ ਜੀ, ਮੈਂ ਮੁੱਖ ਮੰਤਰੀ ਪੰਜਾਬ, ਪੰਚਾਇਤ ਮੰਤਰੀ ਪੰਜਾਬ, DC ਸਾਰਿਆਂ ਨੂੰ ਦਰਖਾਸਤਾਂ ਦਿੱਤੀਆਂ ਜੀ। 1 ਸਾਲ ਤੋਂ ਲੱਗ ਕੇ ਮੈਂ ਦਰਖਾਸਤਾਂ ਦੇ ਰਿਹਾ ਜੀ, ਕਿਸੇ ਨੇ ਮੇਰੀ ਸੁਣਵਾਈ ਨਹੀਂ ਕਰੀ ਜੀ। ਮੈਂ ਗੇੜੇ ਮਾਰ ਮਾਰ ਕੇ ਮੁੜਿਆ ਆਉਣਾ, ਤਾਹਾਂ ਤੋਂ ਦਰਖਾਸਤਾਂ ਆ ਜਾਂਦੀਆਂ ਜੀ DDPO ਦਫ਼ਤਰ 'ਚ, BDO ਦਫ਼ਤਰ 'ਚ, ਇਹ ਨੱਪ ਲੈਂਦੇ ਜੀ ਉੱਥੇ। ਇਹ ਕ੍ਰਿਸ਼ਨ ਕੁਮਾਰ ਨੂੰ ਪਤਾ ਹੈਗਾ ਜੀ, ਇਹ 5 ਸਾਲ ਇਸ ਮਹਿਕਮੇ 'ਚ ਰਹੇ ਹੈ ਵੀ ਇਹ ਕਿਵੇਂ ਨੱਪੀਆਂ ਜਾਂਦੀਆਂ, ਇਹ ਉੱਥੇ ਜਾ ਕੇ ਨਪਾਏ ਆਉਂਦੇ ਆ ਜੀ। ਸਾਲ ਭਰ ਹੋ ਗਿਆ ਮੈਂ ਕੋਈ, ਦੂਜੀ ਗੱਲ ਇਹ ਹੈਗੀ ਜੀ, ਜਦੋਂ ਮੈਂ ਸਾਲ ਭਰ ਦਾ ਮੇਰਾ ਇੱਕ ਡਿਪੂ ਸਸਪੈਂਡ ਹੈ ਜੀ, ਉਹਦੇ 'ਚ ਜਿਹੜੀ ਕਾਰਵਾਈ ਹੋਈ ਉਹ ਸਾਰਾ ਕੁਛ ਕਰਨ ਤੋਂ ਬਾਅਦ ਸਾਡੇ ਮੈਡਮ ਹੈ DFSC ਸਾਹਿਬ ਬਠਿੰਡੇ, ਉਹਨਾਂ ਨੇ ਮੇਰਾ ਡਿਪੂ ਸਾਰੀ ਇਨਕੁਆਇਰੀ ਕਰਨ ਤੋਂ ਬਾਅਦ ਬਹਾਲ ਕਰਤਾ ਜੀ। ਇਸ ਲਈ ਆਰਡਰ ਮੇਰੇ ਕੋਲ ਹੈਗੇ ਜੀ, ਠੀਕ ਹੈ? ਜਿਹੜੀ ਮੈਨੂੰ ਉਹਨਾਂ ਨੇ ਸਜ਼ਾ ਦਿੱਤੀ ਸੀ ਜੁਰਮਾਨਾ, ਉਹ ਮੈਂ ਜੁਰਮਾਨਾ ਹੀ ਭਰਤਾ ਜੀ। ਉਸ ਤੋਂ ਬਾਅਦ ਹੁਣ ਮੇਰਾ ਅਕਸ ਖਰਾਬ ਕਰਨ ਦੀ ਖਾਤਰ ਦੁਬਾਰੇ ਫਿਰ ਦਰਖਾਸਤਾਂ ਦੇਈ ਜਾਂਦੇ ਹੈ ਵੀ ਅਸੀਂ ਇਹਨੂੰ ਦਵਾਲੀਏ, ਜਿਹੜੀਆਂ ਮੈਂ ਇਹਨਾਂ 'ਤੇ ਦਰਖਾਸਤਾਂ ਦਿੱਤੀਆਂ ਜੀ, ਉਹਦੀ ਦਬਾਉਣ ਦੀ ਖਾਤਰ ਇਹ ਮੈਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਝੂਠਾ ਕੰਮ ਕਰਕੇ ਸਾਰਾ ਕੰਮ ਇਹ ਕਰਵਾ ਰਹੇ ਜੀ। ਜਦੋਂ ਕਿ ਮੇਰੇ ਜਿਹੜੇ ਦੋਸ਼ ਆ ਬਿਲਕੁਲ ਬੇਮਨਿਆਦ ਹਨ ਜੀ, ਜਦੋਂ ਮੈਂ ਕੋਈ ਕਣਕ ਹੀ ਨਹੀਂ ਵੰਡੀ 2 ਸਾਲਾਂ ਦੀ ਜੀ, ਅਤੇ ਮੇਰੀਆਂ ਇਹ ਦਰਖਾਸਤਾਂ ਮੇਰੇ 'ਤੇ ਦਰਖਾਸਤਾਂ ਦੇਈ ਜਾਂਦੇ ਆ ਜੀ। ਕੀ ਮੰਗ ਕਰਦਾ? ਮੈਂ ਮੰਗ ਇਹ ਕਰਦਾ ਜੀ ਪੰਜਾਬ ਦੇ ਮੁੱਖ ਮੰਤਰੀ ਤੋਂ, ਪੰਚਾਇਤ ਮੰਤਰੀ ਤੋਂ, ਵੀ ਜਿਹੜੀ ਇਹਦੀ ਨਿਰਪੱਖ ਜਾਂਚ ਹੋ ਕੇ ਗਰੰਟਾਂ ਦੀ ਮੈਨੂੰ ਇਨਸਾਫ਼ ਦਵਾਇਆ ਜਾਵੇ ਪੂਰਾ। ਜਿਹੜੀਆਂ ਅਫਸਰਾਂ ਨੇ ਦਰਖਾਸਤਾਂ ਮੇਰੀਆਂ ਨੱਪੀਆਂ ਹੋਈਆਂ, DDPO ਹੈ, BDO ਹੈ ਜੀ ਸੰਗਤ, ਇਹਨਾਂ ਨੇ ਵੀ ਨੱਪੀਆਂ, ਇਹਨਾਂ 'ਤੇ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ, ਇਹਨਾਂ ਦੀ ਵੀ ਮਤਲਬ ਕਾਰਵਾਈ ਕੋਈ ਹੋਣੀ ਚਾਹੀਦੀ ਹੈ ਜੀ। ਅਖੀਰ 'ਚ ਮੈਂ ਇਹ ਮੰਗ ਕਰਦਾ ਵੀ ਮੁੱਖ ਮੰਤਰੀ ਪੰਜਾਬ ਤੋਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੈਨੂੰ ਇਹ ਗਰੰਟਾਂ ਦਾ ਜਿਹੜੀਆਂ ਦਰਖਾਸਤਾਂ ਮੈਂ ਦਿੱਤੀਆਂ ਹੋਈਆਂ ਸਾਰੇ ਸਬੂਤ ਮੇਰੇ ਕੋਲ ਹੈ, ਇਹਨਾਂ ਦੀ ਦੁਆਰੇ ਕਿਸੇ ਚੰਗੇ ਲਾਇਕ ਅਫਸਰ ਤੋਂ ਇਨਕੁਆਇਰੀ ਕਰਾਈ ਜਾਵੇ। ਅਤੇ ਜਿਹੜੇ ਇਹਨਾਂ ਨੇ ਹੁਣ ਫਿਰ ਮੇਰੇ 'ਤੇ ਦਰਖਾਸਤਾਂ ਦੇ ਕੇ ਝੂਠੇ ਇਲਜ਼ਾਮ ਲਾਏ ਹੈ ਉਹ ਬਿਲਕੁਲ ਬੇਮਨਿਆਦ ਅਤੇ ਝੂਠੇ ਹਨ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮੇਰੇ 'ਤੇ ਮੈਂ ਓਬਜੈਕਸ਼ਨ ਲਾ ਦਿੰਦਾ ਵੀ ਇਹ ਦਰਖਾਸਤਾਂ ਆਪਣੀਆਂ ਪੁੱਠੀਆਂ ਲੈ ਰਹੇ। ਦਰਖਾਸਤਾਂ ਮੈਂ ਪੁੱਠੀਆਂ ਲੈਂਦਾ ਨਹੀਂ ਜੀ, ਚਾਹੇ ਕੁਛ ਹੋਵੇ।